ਖਾਲਸਾ ਕਾਲਜ ਰੇਡੀਓ 90.8 FM ਸ੍ਰੀ ਅਨੰਦਪੁਰ ਸਾਹਿਬ 90.8 FM SGTB ਖਾਲਸਾ ਕਾਲਜ ਰੇਡੀਓ 90.8 FM ਸੁਣ ਰਹੇ ਸਾਰੇ ਸਰੋਤਿਆਂ ਦਾ ਮੈਂ ਸਰਬਜੀਤ ਕੌਰ ਸਵਾਗਤ ਕਰਦੀ ਹਾਂ। ਮੇਰੇ ਵੱਲੋਂ ਸਭ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਕਿਸੇ ਨਵੇਂ ਟੌਪਿਕ 'ਤੇ ਤੁਹਾਡੇ ਨਾਲ ਗੱਲ ਕਰਦੇ ਹਾਂ, ਅਤੇ ਸਾਡਾ ਅੱਜ ਦਾ ਟੌਪਿਕ ਹੈ ਗੁਰਬਾਣੀ ਅਤੇ ਸਾਇੰਸ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸ਼ੁਰੂ ਕੀਤੀ ਜਾਵੇ ਤਾਂ ਮੈਨੂੰ ਇਹ ਗੱਲ ਦੱਸਦਿਆਂ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਲਾਇਬ੍ਰੇਰੀ ਆਫ ਕਾਂਗਰਸ, ਜਿੱਥੇ ਕਿ 7 ਫਲੋਰਸ ਬਣਾਏ ਗਏ ਹਨ ਅਤੇ ਉੱਤੇ ਹਰ ਇੱਕ ਕਿਤਾਬ ਨੂੰ ਉਸਦੀ ਮਹੱਤਤਾ ਔਰ ਇੰਪੋਰਟੈਂਸ ਦੇ ਤੌਰ 'ਤੇ ਰੱਖਿਆ ਗਿਆ ਹੈ, ਅਤੇ ਉਸਦੀ ਟੋਪ ਫਲੋਰ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ, ਅਤੇ ਉਸਦੇ ਰੂਮ ਦੇ ਬਾਹਰ ਲੋਰਡ ਆਫ ਦਾ ਵਰਲਡ ਲਿਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀ ਜਾਵੇ ਤਾਂ ਇਹ ਸਰਬ ਕਲਾ ਭਰਪੂਰ ਹੈ। ਇਸ ਦੇ ਵਿੱਚ ਇਮੈਂਸ ਨੌਲੇਜ ਔਰ ਅਥਾਹ ਨੌਲੇਜ ਭਰੀ ਹੋਈ ਹੈ, ਜਿਸ ਵਿੱਚ ਸਪੇਸ ਅਤੇ ਲਿਵਿੰਗ ਔਰਗੈਨਿਜ਼ਮਸ, ਮਨੁੱਖ, ਜਾਨਵਰ, ਪਸ਼ੂ, ਪਕਸ਼ੀ ਹਰ ਇੱਕ ਬਾਰੇ ਦੱਸਿਆ ਗਿਆ ਹੈ। ਅਤੇ ਹੁਣ ਆਪਣੇ ਅੱਜ ਦੇ ਟੌਪਿਕ 'ਤੇ ਆਉਂਦਿਆਂ ਮੈਂ ਸ਼ੁਰੂਆਤ ਇਹਨਾਂ ਤੁੱਕਾਂ ਨਾਲ ਕਰਨਾ ਚਾਹੂੰਗੀ। ਤਾਤੀ ਵਾਉ ਦਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ, ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਇਹਨਾਂ ਸ਼ਬਦਾਂ ਰਾਹੀਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਾਨੂੰ ਗਰਮ ਹਵਾਵਾਂ, ਤੱਤੀਆਂ ਹਵਾਵਾਂ ਛੋਹ ਨਹੀਂ ਸਕਦੀਆਂ, ਕਿਉਂਕਿ ਅਸੀਂ ਚਾਰੋਂ ਪਾਸਿਆਂ ਤੋਂ ਗੁਰੂ ਜੀ ਦੀ ਦਿੱਤੀ ਹੋਈ ਰਾਮਕਾਰ, ਜਿਹਦਾ ਮਤਲਬ ਹੈ ਸਕਿਨ, ਯਾਨੀ ਕਿ ਸਾਡੀ ਚਮੜੀ ਨਾਲ ਸੇਫ ਹਾਂ ਅਤੇ ਪ੍ਰੋਟੈਕਟਿਡ ਹਾਂ। ਅਤੇ ਸਾਇੰਸ ਦੇ ਵਿੱਚ ਵੀ ਜੇ ਇਮਿਊਨਿਟੀ ਔਰ ਇਮਿਊਨ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਸਕਿਨ ਨੂੰ ਹੀ ਪ੍ਰਾਇਮਰੀ ਲਾਈਨ ਆਫ ਡਿਫੈਂਸ ਮੰਨਿਆ ਗਿਆ ਹੈ, ਜਿਸ ਦਾ ਮਤਲਬ ਹੈ ਉਹ ਪਹਿਲੀ ਚੀਜ਼ ਜੋ ਸਾਡੀ ਰੱਖਿਆ ਕਰਦੀ ਹੈ, ਜੋ ਸਾਨੂੰ ਕਿਸੇ ਵੀ ਬੈਕਟੀਰੀਆ, ਵਾਇਰਸ ਜਾਂ ਹੋਰ ਕੋਈ ਵੀ ਬਿਮਾਰੀ ਕਰਨ ਵਾਲੇ ਜੀਵ ਜੰਤੂ ਜਾਂ ਪੈਥੋਜਨ ਤੋਂ ਸਾਨੂੰ ਬਚਾਉਂਦੀ ਹੈ। ਐਲਬਰਟ ਆਈਨਸਟਾਈਨ ਜਿਹੇ ਵੱਡੇ ਸਾਇੰਟਿਸਟ ਨੇ ਵੀ ਇਹ ਗੱਲ ਕਹੀ ਹੈ ਕਿ ਸਾਇੰਸ ਵਿਦਆਊਟ ਰਿਲੀਜਨ ਇਜ਼ ਲੇਮ ਐਂਡ ਰਿਲੀਜਨ ਵਿਦਆਊਟ ਸਾਇੰਸ ਇਜ਼ ਬਲਾਇੰਡ। ਗੁਰਬਾਣੀ ਵਿੱਚ ਬਹੁਤ ਸਾਰੀ ਸਾਇੰਸ ਛੁਪੀ ਹੋਈ ਹੈ। ਇਹ ਉਹੀ ਖੋਜਾਂ ਨੇ ਜੋ ਅੱਜ ਹੋ ਰਹੀਆਂ ਨੇ, ਅਤੇ ਸਾਡੇ ਗੁਰੂ ਸਾਹਿਬਾਂ ਨੇ ਆਪਣੀ ਸਪਿਰਿਚੁਅਲ ਸਾਇੰਸ ਰਾਹੀਂ ਇਹ ਖੋਜਾਂ ਕਈ ਸੌ ਸਾਲ ਪਹਿਲਾਂ ਹੀ ਸਾਡੀ ਗੁਰਬਾਣੀ ਵਿੱਚ ਦਰਜ ਕਰ ਦਿੱਤੀਆਂ ਨੇ। ਗੁਰਬਾਣੀ ਦੀ ਹੀ ਇੱਕ ਤੁੱਕ ਹੈ, ਮਾਂ ਕੀ ਰਕਤ ਪਿਤਾ ਬਿਦ ਧਾਰਾ, ਮੂਰਤ ਸੂਰਤ ਕਰੇ ਅਪਾਰਾ, ਜੋਤ ਦਾਤ ਜੇਤੀ ਤੇਰੀ ਤੂੰ ਕਰਤਾ ਸਭ ਤਾਈ ਹੈ। ਇਹਨਾਂ ਤੁਕਾਂ ਵਿੱਚ ਗੁਰੂ ਜੀ ਨੇ ਮਨੁੱਖ ਔਰ ਹਿਊਮਨ ਦੀ ਸਰੀਰ, ਉਸਦੀ ਸਿਰਜਣਾ, ਉਸਦੀ ਹੋਂਦ ਬਾਰੇ ਦੱਸਿਆ ਹੈ ਕਿ ਮਾਂ ਕੀ ਰਕਤ ਮਤਲਬ ਮਦਰਜ਼ ਐਗ ਔਰ ਪਿਤਾ ਵਿਦ ਧਾਰਾ ਫਾਦਰਸ ਦੇ ਸਪਰਮ ਦੀ ਫਿਊਜ਼ਨ ਨਾਲ ਹੀ ਹਰ ਇੱਕ ਮਨੁੱਖ ਦੀ ਸਿਰਜਣਾ ਹੋਈ ਹੈ, ਹਰ ਇੱਕ ਮਨੁੱਖ ਹੋਂਦ ਵਿੱਚ ਆਇਆ ਹੈ। ਅਤੇ ਅੱਜ ਦੇ ਸਾਇੰਟਿਸਟ ਨੇ ਵੀ ਇਸ ਗੱਲ ਨੂੰ ਚਾਈਲਡ ਸੈਕਸ ਡਰਮੀਨੇਸ਼ਨ ਥਿਊਰੀ ਦੇ ਰੂਪ ਵਿੱਚ ਪ੍ਰੂਵ ਕੀਤਾ ਹੈ। ਗੈਲੀਲੀਓ ਅਤੇ ਗੁਰੂ ਨਾਨਕ ਦੇਵ ਜੀ ਦੋਨੋਂ ਹੀ ਸਮਕਾਲੀ ਸੀ। ਗੈਲੀਲੀਓ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਸਟੇਬਲ ਹੈ ਅਤੇ ਉਸਦੇ ਆਲੇ ਦੁਆਲੇ ਸੂਰਜ ਪਰਿਕਰਮਾ ਕਰਦਾ ਹੈ, ਪਰ ਗੈਲੀਲੀਓ ਨੇ ਇਸ ਥਿਊਰੀ ਨੂੰ ਰੱਦ ਕੀਤਾ ਅਤੇ ਕਿਹਾ ਕਿ ਸੂਰਜ ਇੱਕ ਕੇਂਦਰੀ ਬਿੰਦੂ ਹੈ, ਸਟੇਬਲ ਹੈ ਅਤੇ ਧਰਤੀ ਉਸਦੀ ਪਰਿਕਰਮਾ ਕਰਦੀ ਹੈ। ਪਰ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿੱਚ ਲਿਖਦੇ ਹਨ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹੋ ਕਰੋੜੀ ਚਲ ਤਨੰਤ। ਇਹਨਾਂ ਤੁਕਾਂ ਤੋਂ ਭਾਵ ਹੈ ਕਿ ਕੁਝ ਵੀ ਸਟੇਬਲ ਨਹੀਂ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ ਮਤਲਬ ਕਿ ਸੂਰਜ, ਚੰਦ, ਧਰਤੀ ਹਰ ਵੇਲੇ ਮੂਵਮੈਂਟ ਵਿੱਚ ਨੇ, ਚੱਲ ਰਹੇ ਨੇ। ਅਤੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਕਿੰਨਾ ਸਫ਼ਰ ਤੈਅ ਕਰਿਆ ਹੈ, ਉਸਦਾ ਕੋਈ ਅੰਤ ਨਹੀਂ। ਕਹੋ ਕਰੋੜੀ, ਕਰੋੜਾਂ ਹੀ ਮਾਈਲਸ ਨੇ ਜਿਸਦੀ ਕੋਈ ਗਿਣਤੀ ਨਹੀਂ। ਅਤੇ ਅੱਜ ਦੇ ਸਾਇੰਟਿਸਟ ਵੀ ਇਹਨਾਂ ਗੱਲਾਂ ਨੂੰ ਮੰਨਦੇ ਨੇ। ਜੇ ਅਸੀਂ ਕਦੇ ਤਾਰੇ ਗਿਣਨ ਦੀ ਕੋਸ਼ਿਸ਼ ਕਰੀਏ ਤਾਂ ਅਕੋਰਡਿੰਗ ਟੂ ਅ ਵਿਊ ਇੱਕ ਇਨਸਾਨ ਕਿਸੇ ਇੱਕ ਜਗ੍ਹਾ 'ਤੇ ਬੈਠ ਕੇ ਆਪਣੇ ਉੱਤੇ ਆਸਮਾਨ ਵਿੱਚ ਸਿਰਫ ਉਸੀ ਏਰੀਏ ਵਿੱਚ 1000 to 1500 ਤਾਰੇ ਗਿਣ ਸਕਦਾ ਹੈ। ਬਟ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਹੈ, ਟੈਲੀਸਕੋਪਸ ਆਏ ਨੇ, ਅਤੇ ਹੁਣ ਟੈਲੀਸਕੋਪਸ ਨਾਲ ਲਗਭਗ 150 crore ਤਾਰਿਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ। ਸਾਡੀ ਇੱਕ ਗਲੈਕਸੀ ਜਿਹਨੂੰ ਅਸੀਂ ਮਿਲਕੀ ਵੇ ਗਲੈਕਸੀ ਬੋਲਦੇ ਹਾਂ, ਉਸ ਵਿੱਚ ਲਗਭਗ 300 crore ਤਾਰੇ ਹਨ।
ਅਤੇ ਹੁਣ ਕਰੋੜਾਂ ਹੀ ਗਲੈਕਸੀਜ਼ ਨੇ। ਉਹ ਕਰੋੜਾਂ ਗਲੈਕਸੀਜ਼ ਮਿਲ ਕੇ ਇੱਕ ਸੁਪਰ ਗਲੈਕਸੀ ਬਣਾਉਂਦੀਆਂ ਨੇ ਅਤੇ 1000 ਸੁਪਰ ਗਲੈਕਸੀਜ਼ ਮਿਲ ਕੇ ਇੱਕ ਬ੍ਰਹਿਮੰਡ ਔਰ ਯੂਨੀਵਰਸ ਬਣਾਉਂਦੀਆਂ ਨੇ। ਅਤੇ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਦੱਸਦੇ ਹਨ, ਕੇਤੇ ਇੰਦ ਚੰਦ ਸੁਰ ਕੇਤੇ ਮੰਡਲ ਦੇਸ, ਕੇਤੇ ਮਤਲਬ ਨੰਬਰਲੈਸ, ਅਤੇ ਇਸ ਤੋਂ ਭਾਵ ਹੈ ਨੰਬਰਲੈਸ ਆਰ ਮੂਨ, ਚੰਦ, ਸੂਰ, ਸਨ ਅਤੇ ਮੰਡਲ ਦੇਸ ਯੂਨੀਵਰਸਿਜ਼ ਨੇ। ਕਈ ਕੋਟ ਸਸੀਅਰ ਸੂਰ ਨਖੱਤਰ, ਇਸ ਤੁਕ ਤੋਂ ਭਾਵ ਹੈ ਕਈ ਕੋਟ ਮਤਲਬ ਮਿਲੀਅਨਸ, ਸਸੀਅਰ ਮਤਲਬ ਚੰਦ ਅਤੇ ਨਖੱਤਰ ਮਤਲਬ ਤਾਰੇ, ਇਸ ਤੋਂ ਭਾਵ ਮੈਨੀ ਮਿਲੀਅਨਸ ਆਰ ਮੂਨ, ਸਨ ਐਂਡ ਸਟਾਰਸ। ਹੁਣ ਜੇ ਅਸੀਂ ਜੀਵਨ ਦੀ ਉਤਪਤੀ ਜਾਂ ਓਰੀਜਨ ਆਫ ਲਾਈਫ ਦੀ ਗੱਲ ਕਰੀਏ ਤਾਂ ਓਰੀਜਨ ਆਫ ਲਾਈਫ ਨੂੰ ਐਕਸਪਲੇਨ ਕਰਨ ਲਈ ਸਾਇੰਟਿਸਟ ਨੇ ਥਿਊਰੀਜ਼ ਦਿੱਤੀਆਂ, ਜਿਨ੍ਹਾਂ ਵਿੱਚੋਂ ਦੋ ਥਿਊਰੀ ਸੀਗੀਆਂ, ਬਿਗ ਬੈਂਗ ਥਿਊਰੀ ਅਤੇ ਪਲਸੇਟਿੰਗ ਯੂਨੀਵਰਸ ਥਿਊਰੀ। ਬਿਗ ਬੈਂਗ ਥਿਊਰੀ ਨੇ ਕਿਹਾ ਕਿ ਜਦੋਂ ਇਸ ਸ੍ਰਿਸ਼ਟੀ ਦੀ ਉਤਪਤੀ ਹੋਈ ਤਾਂ ਉਸ ਤੋਂ ਪਹਿਲਾਂ ਚਾਰੇ ਪਾਸੇ ਧੂੰਆਂ ਫੈਲਿਆ ਹੋਇਆ ਸੀ, ਚਾਰੇ ਪਾਸੇ ਕਲਾਊਡੀ ਸੀ, ਫਿਰ ਕਿਸੇ ਤਰ੍ਹਾਂ ਐਨਰਜੀ ਨੇ ਇਕੱਠਾ ਹੋਣਾ ਸ਼ੁਰੂ ਕੀਤਾ ਅਤੇ ਇੱਕ ਛੋਟਾ ਜਿਹਾ ਬੋਲ ਬਣਿਆ। ਉਸ ਬੋਲ ਦੀ ਡੈਂਸਿਟੀ ਬਹੁਤ ਜ਼ਿਆਦਾ ਹੋ ਗਈ ਅਤੇ ਉਸ ਵਿੱਚ ਹੀਟ ਬਹੁਤ ਜ਼ਿਆਦਾ ਵੱਧ ਗਈ ਅਤੇ ਉਸ ਬੋਲ ਨੇ ਫਿਰ ਬਲਾਸਟ ਕੀਤਾ ਅਤੇ ਉਹ ਸਾਰੀ ਐਨਰਜੀ ਦੂਰ ਦੂਰ ਫੈਲਣੀ ਸ਼ੁਰੂ ਹੋ ਗਈ। ਟੈਂਪਰੇਚਰ ਘਟਣਾ ਸ਼ੁਰੂ ਹੋ ਗਿਆ, ਐਨਰਜੀ ਮੈਟਰ ਵਿੱਚ ਕਨਵਰਟ ਹੋਣੀ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਗਲੈਕਸੀਜ਼ ਪਲੈਨਟਸ ਬਣਨੇ ਸ਼ੁਰੂ ਹੋ ਗਏ। ਅਤੇ ਗੁਰਬਾਣੀ ਵੀ ਫਰਮਾਨ ਕਰਦੀ ਹੈ ਕਿ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏ ਦਾ। ਅਰਬਦ ਮਤਲਬ ਅਰਬਾਂ ਸਾਲ ਪਹਿਲਾਂ, ਨਰਬਦ ਜਿਸਦੀ ਗਿਣਤੀ ਨਾ ਕੀਤੀ ਜਾ ਸਕੇ। ਅਤੇ ਕਹਿੰਦੇ ਨੇ ਅੱਜ ਤੋਂ ਅਰਬਾਂ ਸਾਲ ਪਹਿਲਾਂ, ਬੇਅੰਤ ਸਾਲਾਂ ਪਹਿਲਾਂ ਧੁੰਦੂ ਕਾਰਾ ਸੀ, ਮਤਲਬ ਕਲਾਊਡੀ ਸੀ। ਤਰਨ ਨਾ ਗਗਨਾ ਹੁਕਮੇ ਅਪਾਰਾ, ਨਾ ਧਰਤੀ ਸੀ, ਨਾ ਸਮਾਨ ਸੀ ਅਤੇ ਨਾ ਹੀ ਉਸ ਵੇਲੇ ਪਰਮਾਤਮਾ ਦਾ ਕੋਈ ਹੁਕਮ ਚੱਲ ਰਿਹਾ ਸੀ। ਨਾ ਦਿਨ ਨਾ ਰਹਿਣ ਨਾ ਚੰਦ ਨਾ ਸੂਰਜ, ਨਾ ਹੀ ਦਿਨ ਸੀ, ਨਾ ਹੀ ਰਾਤ ਸੀ ਅਤੇ ਨਾ ਹੀ ਚੰਦ ਅਤੇ ਸੂਰਜ ਸੀਗੇ। ਅਤੇ ਉਦੋਂ ਪਰਮਾਤਮਾ ਹੀ ਆਪਣੀ ਸੁੰਨ ਸਮਾਧੀ ਲਾ ਕੇ ਬੈਠਿਆ ਹੋਇਆ ਸੀ। ਅਤੇ ਬਿਗ ਬੈਂਗ ਥਿਊਰੀ ਲਈ ਹੀ ਬਾਣੀ ਦੀ ਇੱਕ ਤੁੱਕ ਹੈ, ਕੀਤਾ ਪਸਾਓ ਏਕੋ ਕਵਾਓ, ਤਿਸ 'ਤੇ ਹੋਏ ਲੱਖ ਦਰਿਆਓ, ਕਿ ਇਹ ਸਾਰਾ ਪਸਾਰਾ ਇੱਕ ਬਲਾਸਟ ਨਾਲ ਹੀ ਹੋਇਆ ਹੈ ਅਤੇ ਇਸ ਤੋਂ ਲੱਖਾਂ ਹੀ ਗਲੈਕਸੀਸ ਅਤੇ ਲੱਖਾਂ ਹੀ ਸਮੁੰਦਰ ਬਣਨੇ ਸ਼ੁਰੂ ਹੋ ਗਏ ਨੇ। ਪਲਸੇਟਿੰਗ ਯੂਨੀਵਰਸ ਥਿਊਰੀ ਵੀ ਬਿਗ ਬੈਂਗ ਥਿਊਰੀ ਦੀ ਤਰ੍ਹਾਂ ਹੀ ਹੈ। ਪਲਸੇਟਿੰਗ ਯੂਨੀਵਰਸ ਥਿਊਰੀ ਕਹਿੰਦੀ ਹੈ ਕਿ ਇੱਕ ਬਲਾਸਟ ਹੋਇਆ, ਬਲਾਸਟ ਹੋਣ ਤੋਂ ਬਾਅਦ ਯੂਨੀਵਰਸ ਐਕਸਪੈਂਡ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਐਕਸਪੈਂਸ਼ਨ ਤੋਂ ਬਾਅਦ ਉਹ ਕੰਟਰੈਕਟ ਹੋਣਾ ਸ਼ੁਰੂ ਹੋ ਗਿਆ ਅਤੇ ਫਿਰ ਇੱਕ ਐਟਮ ਦੇ ਰੂਪ ਵਿੱਚ ਆਇਆ ਅਤੇ ਫਿਰ ਇੱਕ ਬਲਾਸਟ ਹੋਇਆ, ਫਿਰ ਫੈਲਿਆ, ਫਿਰ ਐਕਸਪੈਂਡ ਹੋਇਆ ਅਤੇ ਫਿਰ ਕੰਟਰੈਕਟ ਹੋਇਆ ਅਤੇ ਇਸੇ ਤਰ੍ਹਾਂ ਹੀ ਇਹ ਚੱਲਦਾ ਰਿਹਾ। ਅਤੇ ਗੁਰਬਾਣੀ ਨੇ ਵੀ ਇੱਕ ਫਰਮਾਨ ਕੀਤਾ ਹੈ, ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਵਿਛੋੜ। ਉਸ ਸੱਚ, ਉਸ ਪਰਮਾਤਮਾ ਨੇ ਪਹਿਲਾਂ ਕੀਆ ਕਰ ਜੋੜ ਮਤਲਬ ਆਪਣੀ ਸਾਰੀ ਸ਼ਕਤੀ ਨੂੰ ਇਕੱਠਾ ਕੀਤਾ। ਕਿਸ ਰੂਪ ਦੇ ਵਿੱਚ ਇਕੱਠਾ ਕੀਤਾ ਸਾਇੰਟਿਸਟ ਇਹ ਨਹੀਂ ਦੱਸ ਸਕੇ ਕਿ ਪ੍ਰੀਮੀਵਲ ਐਟਮ ਜਿਸਦੀ ਪਲਸੇਟਿੰਗ ਯੂਨੀਵਰਸ ਥਿਊਰੀ ਨੇ ਵਿਆਖਿਆ ਕੀਤੀ ਹੈ ਕਿ ਉਹ ਕਿਸ ਰੂਪ ਵਿੱਚ ਸੀਗਾ, ਪਰ ਗੁਰਬਾਣੀ ਕਹਿੰਦੀ ਹੈ ਕਿ ਪ੍ਰੀਮੀਵਲ ਐਟਮ ਇੱਕ ਅੰਡੇ ਦੇ ਫੋਰਮ ਔਰ ਅੰਡੇ ਦੇ ਰੂਪ ਵਿੱਚ ਸੀਗਾ। ਅੰਡਜ ਫੋੜ ਜੋੜ ਵਿਛੋੜ, ਕਿ ਉਹ ਅੰਡਾ ਬਲਾਸਟ ਹੋਇਆ, ਜੁੜਿਆ, ਫਿਰ ਬਲਾਸਟ ਹੋਇਆ ਅਤੇ ਇਹ ਸਿਸਟਮ ਇੱਦਾਂ ਹੀ ਲਗਾਤਾਰ ਚੱਲਦਾ ਰਿਹਾ। ਅਤੇ ਪਲਸੇਟਿੰਗ ਥਿਊਰੀ ਵੀ ਇਹੀ ਗੱਲ ਕਹਿੰਦੀ ਹੈ। ਹੁਣ ਜੇ ਅਸੀਂ ਆਪਣੇ ਅੱਜ ਦੇ ਟੋਪਿਕ ਨੂੰ ਅੱਗੇ ਵਧਾਈਏ ਤਾਂ ਸਾਇੰਸ ਦੇ ਵਿੱਚ ਦੋ ਫਿਨੋਮੀਨਨਸ ਹੁੰਦੇ ਨੇ, ਫਿਊਜ਼ਨ ਅਤੇ ਫਿਜ਼ਨ, ਜਿਸ ਦੇ ਰਾਹੀਂ ਹਰ ਇੱਕ ਤਰ੍ਹਾਂ ਦੀ ਐਨਰਜੀ ਪੈਦਾ ਹੁੰਦੀ ਹੈ। ਨਿਊਕਲੀਅਰ ਫਿਜ਼ਨ ਮਤਲਬ ਜੁੜਨਾ, ਨਿਊਕਲੀਅਰ ਫਿਊਜ਼ਨ ਮਤਲਬ ਜੁੜਨਾ, ਜਿਸ ਦੇ ਵਿੱਚ ਦੋ ਛੋਟੇ ਐਟਮ ਮਿਲ ਕੇ ਇੱਕ ਵੱਡਾ ਐਟਮ ਬਣਾਉਂਦੇ ਹਨ। ਜਿਵੇਂ ਕਿ ਸੂਰਜ ਦੇ ਨੇੜੇ ਦੋ ਹਾਈਡਰੋਜਨ ਐਟਮਸ ਮਿਲ ਕੇ ਇੱਕ ਹੀਲੀਅਮ ਐਟਮ ਜਾਂ ਹੀਲੀਅਮ ਗੈਸ ਬਣਾਉਂਦੇ ਨੇ। ਨਿਊਕਲੀਅਰ ਫਿਜ਼ਨ ਮਤਲਬ ਟੁੱਟਣਾ, ਜਿਵੇਂ ਕਿ ਸਾਡੀ ਐਟੋਮਿਕ ਬੋਮ ਦੀ ਥਿਊਰੀ ਹੈ ਕਿ ਯੂਰੇਨੀਅਮ ਦੇ ਨਾਲ ਫ੍ਰੀ ਨਿਊਟ੍ਰੋਨਸ ਨੂੰ ਬੰਬਾਰਡ ਕਰਵਾਇਆ ਜਾਵੇ ਤਾਂ ਉਹ 3 ਨਿਊਟ੍ਰੋਨਸ ਵਿੱਚ ਬ੍ਰੇਕ ਹੁੰਦਾ ਹੈ ਅਤੇ ਇਹ ਸਾਈਕਲ ਇੱਦਾਂ ਹੀ ਚੱਲਦੀ ਰਹਿੰਦੀ ਹੈ ਅਤੇ ਇਹਦੇ ਵਿੱਚੋਂ ਐਨਰਜੀ ਲਗਾਤਾਰ ਨਿਕਲਦੀ ਰਹਿੰਦੀ ਹੈ। ਅਤੇ ਗੁਰਬਾਣੀ ਵੀ ਇਸ ਫਿਨੋਮੀਨਨ ਬਾਰੇ ਫਰਮਾਨ ਕਰਦੀ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ। ਸੰਜੋਗ ਮਤਲਬ ਫਿਊਜ਼ਨ ਅਤੇ ਵਿਜੋਗ ਮਤਲਬ ਫਿਜ਼ਨ। ਜੇ ਅਸੀਂ ਆਪਣੀ ਬੋਡੀ ਦੀ ਵੀ ਗੱਲ ਕਰੀਏ ਤਾਂ ਬਾਇਓਲੋਜੀਕਲੀ ਵੀ ਐਨਾਬੋਲਿਜ਼ਮ ਮਤਲਬ ਫਿਊਜ਼ਨ, ਜਦੋਂ ਸਾਡੀ ਬੋਡੀ ਦੇ ਵਿੱਚ ਕੁਝ ਬਣਦਾ ਹੈ ਜਿਵੇਂ ਕਿ ਪ੍ਰੋਟੀਨਸ, ਫੈਟੀ ਐਸਿਡਸ ਐਕਸੈਕਟਰਾ,
ਅਤੇ ਕੈਟਾਬੋਲਿਜ਼ਮ ਮਤਲਬ ਫਿਜ਼ਨ, ਜਦੋਂ ਇਹਨਾਂ ਫੈਟੀ ਐਸਿਡਸ ਕਾਰਬੋਹਾਈਡਰੇਟਸ ਨੂੰ ਤੋੜ ਕੇ ਇਹਨਾਂ ਵਿੱਚੋਂ ਐਨਰਜੀ ਬਣਦੀ ਹੈ। ਅਤੇ ਇਸੇ ਤਰੀਕੇ ਨਾਲ ਇਹਨਾਂ ਦੋ ਫਿਨੋਮੀਨਸ ਨਾਲ ਹੀ ਸਾਰੇ ਬ੍ਰਹਿਮੰਡ ਔਰ ਯੂਨੀਵਰਸ ਦੇ ਵਿੱਚ ਐਨਰਜੀ ਬਣ ਰਹੀ ਹੈ। ਜਦੋਂ ਅਸੀਂ ਹਨੇਰੇ ਵਿੱਚ ਹੁੰਦੇ ਹਾਂ ਸਾਨੂੰ ਕੁਛ ਨਹੀਂ ਦਿਖਾਈ ਦਿੰਦਾ, ਜੇ ਅਸੀਂ ਟੋਰਚ ਲੈ ਲਈਏ ਅਤੇ ਜਦੋਂ ਉਹ ਟੋਰਚ ਦੀ ਰੋਸ਼ਨੀ ਕਿਸੇ ਚੀਜ਼ 'ਤੇ ਪੈਂਦੀ ਹੈ ਤਾਂ ਉਹ ਰੋਸ਼ਨੀ ਰਿਫਲੈਕਟ ਹੋ ਕੇ ਸਾਡੀ ਅੱਖਾਂ ਵਿੱਚ ਆਉਂਦੀ ਹੈ ਤਾਂ ਸਾਨੂੰ ਉਹ ਚੀਜ਼ ਦਿਖਾਈ ਦੇਣਾ ਚਾਲੂ ਹੋ ਜਾਂਦੀ ਹੈ। ਹੁਣ ਸਵੇਰੇ ਸਾਨੂੰ ਸੂਰਜ ਦਿਖਦਾ ਹੈ ਅਤੇ ਰਾਤ ਨੂੰ ਚੰਦਰਮਾ ਦਿਖਾਈ ਦਿੰਦਾ ਹੈ। ਅਤੇ ਪਹਿਲਾਂ ਮੰਨਿਆ ਜਾਂਦਾ ਸੀ ਕਿ ਸੂਰਜ ਦੀ ਵੀ ਆਪਣੀ ਰੋਸ਼ਨੀ ਹੈ ਅਤੇ ਚੰਦਰਮਾ ਦੀ ਵੀ ਆਪਣੀ ਰੋਸ਼ਨੀ ਹੈ, ਪਰ ਗੁਰਬਾਣੀ ਫਰਮਾਨ ਕਰਦੀ ਹੈ ਕਿ ਚੰਦਰਮਾ ਰੋਸ਼ਨੀ ਜ਼ਰੂਰ ਦੇ ਰਿਹਾ ਹੈ ਪਰ ਇਹ ਰੋਸ਼ਨੀ ਇਸਦੀ ਆਪਣੀ ਨਹੀਂ, ਸੂਰਜ ਤੋਂ ਉਧਾਰੀ ਮੰਗੀ ਗਈ ਹੈ। ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ, ਸੱਸ ਸ਼ਬਦ ਵਰਤਿਆ ਹੈ ਚੰਦਰਮਾ ਦੇ ਲਈ, ਅਤੇ ਜਦੋਂ ਉਸ ਚੰਦਰਮਾ ਦੇ ਘਰ ਸੂਰਜ ਦੀ ਰੋਸ਼ਨੀ ਪਈ ਅਤੇ ਚੰਦ ਨੇ ਉਸ ਰੋਸ਼ਨੀ ਨੂੰ ਰਿਫਲੈਕਟ ਕੀਤਾ ਅਤੇ ਫਿਰ ਉਸਨੇ ਅੰਧਿਆਰੇ ਨੂੰ ਦੂਰ ਕਰਿਆ। ਅਤੇ ਇਸੇ ਗੱਲ ਦਾ ਹੀ ਫਰਮਾਨ ਗੁਰਬਾਣੀ ਦੀ ਇੱਕ ਹੋਰ ਤੁਕ ਨਾਲ ਦਿੱਤਾ ਜਾਂਦਾ ਹੈ, ਚੰਦ ਸੂਰਜ ਦੋਏ ਦੀਪਕ ਰਾਖੇ ਸੱਸ ਘਰ ਸੂਰ ਸਮਾਏ ਦਾ, ਮਤਲਬ ਕਿ ਚੰਦਰਮਾ ਅਤੇ ਸੂਰਜ ਦੋਵੇਂ ਹੀ ਦੀਪਕ ਨੇ, ਦੋਨੋਂ ਹੀ ਰੋਸ਼ਨੀ ਦਿੰਦੇ ਨੇ, ਪਰ ਚੰਦਰਮਾ ਦੀ ਰੋਸ਼ਨੀ ਆਪਣੀ ਨਹੀਂ ਸਗੋਂ ਸੂਰਜ ਤੋਂ ਮੰਗੀ ਗਈ ਹੈ। ਹੁਣ ਜਦੋਂ ਅਸੀਂ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਤੁਕਾਂ ਆਉਂਦੀਆਂ ਨੇ, ਊਡੇ ਊਡ ਆਵੈ ਸੇ ਕੋਸਾ ਤਿਸ ਪਾਛੇ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ। ਇਹਨਾਂ ਤੁਕਾਂ ਵਿੱਚ ਕੂੰਜਾਂ ਕੂੰਜਾਂ ਦੇ ਬਾਰੇ ਗੱਲ ਕੀਤੀ ਗਈ ਹੈ। ਕੂੰਜਾਂ ਮਤਲਬ ਮਾਈਗ੍ਰੇਟਰੀ ਬਰਡਸ, ਇਹ ਜਿਹੜੀਆਂ ਬਰਡਸ ਨੇ ਇਹ ਸਮਰਸ ਔਰ ਗਰਮੀਆਂ ਵਿੱਚ ਵੱਖਰੀ ਥਾਂ 'ਤੇ ਰਹਿੰਦੀਆਂ ਨੇ ਅਤੇ ਵਿੰਟਰਸ ਔਰ ਸਰਦੀਆਂ ਵਿੱਚ ਵੱਖਰੀ ਥਾਂ 'ਤੇ ਰਹਿੰਦੀਆਂ ਨੇ, ਅਤੇ ਹਜ਼ਾਰਾਂ ਹੀ ਮਾਈਲਸ ਸਫ਼ਰ ਕਰਕੇ ਇਸੇ ਤਰੀਕੇ ਨਾਲ ਇਹ ਆਪਣੀ ਜ਼ਿੰਦਗੀ ਨੂੰ ਜਿਉਂਦੀਆਂ ਨੇ। ਇੱਕ ਦੇਸ਼ ਦੇ ਵਿੱਚ ਇਹ ਬੱਚੇ ਪੈਦਾ ਕਰਕੇ ਦੂਜੇ ਦੇਸ਼ ਵਿੱਚ ਚਲੀਆਂ ਜਾਂਦੀਆਂ ਨੇ ਅਤੇ ਫਿਰ ਉਹ ਬੱਚੇ ਉੱਥੇ ਹੀ ਰਹਿੰਦੇ ਨੇ। ਅਤੇ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ ਊਡੇ ਊਡ ਆਵੈ ਸੇ ਕੋਸਾ, ਕਿ ਸੈਂਕੜੇ ਮਾਈਲਸ ਦਾ ਸਫ਼ਰ ਤੈਅ ਕਰਕੇ ਇਹ ਚਲੀਆਂ ਗਈਆਂ, ਤਿਸ ਪਾਛੇ ਬਚਰੇ ਛਰਿਆ ਆਪਣੇ ਬੱਚਿਆਂ ਨੂੰ ਪਿੱਛੇ ਹੀ ਛੱਡ ਆਉਂਦੀਆਂ ਨੇ, ਤਿੰਨ ਕਵਣ ਖਲਾਵੈ ਕਵਣ ਚਗਾਵੈ, ਕਿ ਉਹਨਾਂ ਬੱਚਿਆਂ ਨੂੰ ਦਾਣਾ ਪਾਣੀ ਕੌਣ ਖਿਲਾਉਂਦਾ ਏ, ਕੌਣ ਉਹਨਾਂ ਨੂੰ ਚੋਗਾ ਦਿੰਦਾ ਏ, ਕੌਣ ਉਹਨਾਂ ਦੀ ਦੇਖਭਾਲ ਕਰਦਾ ਹੈ। ਅਤੇ ਅੱਗੇ ਗੁਰੂ ਸਾਹਿਬ ਦੱਸਦੇ ਨੇ ਮਨ ਮੈਂ ਸਿਮਰਨ ਕਰਿਆ, ਕਿ ਉਹ ਕੂੰਜਾਂ ਉਹ ਮਾਈਗ੍ਰੇਟਰੀ ਬਰਡਸ ਆਪਣੇ ਮਨ ਵਿੱਚ ਆਪਣੇ ਬੱਚਿਆਂ ਦਾ ਧਿਆਨ ਕਰਦੀਆਂ ਨੇ ਅਤੇ ਉਸ ਧਿਆਨ ਰਾਹੀਂ ਹੀ ਉਹਨਾਂ ਨੂੰ ਐਨਰਜੀ ਟ੍ਰਾਂਸਫਰ ਹੁੰਦੀ ਹੈ। ਗੁਰਬਾਣੀ ਦੀਆਂ ਹੀ ਤੁੱਕਾਂ ਨੇ ਕੂਮੀ ਜਲ ਮੈਂ ਕੂਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਗੁਰਬਾਣੀ ਦੀਆਂ ਇਹਨਾਂ ਤੁੱਕਾਂ ਵਿੱਚ ਕੱਛੂ ਕੂਮੀ ਯਾਨੀ ਕਿ ਟੋਟੋਵਾਈਜ਼ ਦੀ ਗੱਲ ਕੀਤੀ ਗਈ ਹੈ ਕਿ ਜਦੋਂ ਇਹ ਅੰਡੇ ਦਿੰਦੀ ਹੈ ਤਾਂ ਇਸਦੀ ਟੈਂਡੈਂਸੀ ਹੁੰਦੀ ਹੈ ਕਿ ਉਹ ਉਸੇ ਬੀਚ 'ਤੇ ਅੰਡੇ ਦੇਵੇ ਜਿੱਥੇ ਉਹ ਪੈਦਾ ਹੋਈ ਸੀ, ਅਤੇ ਕਈ ਵਾਰ ਉਹ ਕਰੋੜਾਂ ਮਾਈਲਸ ਦਾ ਸਫ਼ਰ ਤੈਅ ਕਰਕੇ ਉਸੇ ਬੀਚ 'ਤੇ ਪਹੁੰਚਦੀ ਹੈ ਅਤੇ ਉੱਥੇ ਟੋਆ ਪੁੱਟ ਕੇ ਉਹਦੇ ਵਿੱਚ ਅੰਡੇ ਦਿੰਦੀ ਹੈ, ਅੰਡੇ ਦੇ ਕੇ ਫਿਰ ਉੱਪਰ ਰੇਤ ਪਾ ਕੇ ਉਹ ਵਾਪਸ ਸਮੁੰਦਰ ਵਿੱਚ ਚਲੀ ਜਾਂਦੀ ਹੈ। ਅਤੇ ਉਸ ਕੱਛੂ ਕੁੰਮੀ ਕੋਲ ਨਾ ਹੀ ਪੰਖ ਨੇ ਮਤਲਬ ਕਿ ਵਿੰਗਸ ਕਿ ਉਹ ਉੜ ਕੇ ਆਪਣੇ ਬੱਚਿਆਂ ਕੋਲ ਚਲੀ ਜਾਵੇ, ਅਤੇ ਨਾ ਹੀ ਖੀਰ ਮਤਲਬ ਕਿ ਮੈਮਰੀ ਗਲੈਂਡਸ ਨੇ ਕਿ ਜਿਨ੍ਹਾਂ ਦੇ ਰਾਹੀਂ ਉਹ ਆਪਣੇ ਬੱਚਿਆਂ ਨੂੰ ਸੰਭਾਲ ਸਕੇ ਜਾਂ ਦੇਖਭਾਲ ਕਰ ਸਕੇ। ਅਤੇ ਜਦੋਂ ਉਹ ਅੰਡੇ ਦੇ ਕੇ ਵਾਪਸ ਚਲੀ ਜਾਂਦੀ ਹੈ ਉਸ ਤੋਂ ਬਾਅਦ 60 ਤੋਂ 62 ਦਿਨਾਂ ਦੇ ਵਿੱਚ ਉਹ ਅੰਡੇ ਹੈਚ ਹੁੰਦੇ ਨੇ ਅਤੇ ਉਹਨਾਂ ਵਿੱਚੋਂ ਬੇਬੀ ਟੋਟੋਵਾਈਸ ਬਾਹਰ ਆਉਂਦੇ ਨੇ। ਅਤੇ ਕੁਦਰਤ ਦੇ ਦਿੱਤੇ ਹੋਏ ਉਹਨਾਂ ਕੋਲ ਨੈਚੁਰਲ ਸੈਂਸਰੀ ਸੈਲਸ ਨੇ ਜਿਨ੍ਹਾਂ ਦੇ ਰਾਹੀਂ ਉਹ ਰੇਤ ਦੇ ਟੱਚ ਵਿੱਚ ਆਉਂਦੇ ਹਨ ਅਤੇ ਰੇਤ ਦੇ ਟੈਂਪਰੇਚਰ ਨੂੰ ਮਹਿਸੂਸ ਕਰਦੇ ਨੇ। ਅਤੇ ਜੇ ਰੇਤ ਗਰਮ ਹੋਵੇ ਤਾਂ ਉਹ ਬਾਹਰ ਨਹੀਂ ਆਉਂਦੇ ਕਿ ਬਾਹਰ ਦਿਨ ਹੈ ਅਤੇ ਉਹਨਾਂ ਨੂੰ ਬਾਹਰ ਖਤਰਾ ਹੋ ਸਕਦਾ ਹੈ। ਅਤੇ ਜਦੋਂ ਰਾਤ ਨੂੰ ਰੇਤ ਠੰਡੀ ਹੁੰਦੀ ਹੈ ਤਾਂ ਉਸ ਟੋਏ ਵਿੱਚੋਂ ਬਾਹਰ ਆਉਂਦੇ ਨੇ ਤਾਂ ਸਮੁੰਦਰ ਵਿੱਚ ਚਲੇ ਜਾਂਦੇ ਨੇ। ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਪਰਮਾਤਮਾ ਦੀ ਖੇਡ ਕਿੰਨੀ ਨਿਆਰੀ ਹੈ। ਪਾਣ ਸੁਪਾਰੀ ਖਾਤਿਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਸਾਇੰਸ ਕਹਿੰਦੀ ਹੈ ਕਿ ਦੁਨੀਆ ਦੇ ਸਾਰੇ ਤਾਂ ਨਹੀਂ ਪਰ ਮੋਸਟਲੀ ਕੈਂਸਰ ਵਿੱਚ ਇੱਕ ਵੱਡਾ ਕਾਰਨ ਤੰਬਾਕੂ ਹੈ। ਅਤੇ ਰੀਸੈਂਟ ਸਰਵੇ ਦੇ ਅਕੋਰਡਿੰਗ ਪੂਰੇ ਵਰਲਡ ਵਿੱਚ ਡੇਲੀ 11,000 ਲੋਕ ਸਿਗਰੇਟ ਔਰ ਤੰਬਾਕੂ ਖਾਣ ਨਾਲ ਮਰ ਰਹੇ ਨੇ ਅਤੇ ਇਹ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।
ਜੇ ਅਸੀਂ ਦੇਖੀਏ ਸਿਗਰਟ ਤੰਬਾਕੂ ਹਰ ਇੱਕ ਚੀਜ਼ 'ਤੇ ਲਿਖਿਆ ਹੁੰਦਾ ਹੈ ਕਿ ਦੇਅਰ ਕੰਜ਼ਪਸ਼ਨ ਇਜ਼ ਇੰਜੀਰੀਅਸ ਟੂ ਹੈਲਥ, ਪਰ ਤਾਂ ਵੀ ਅਸੀਂ ਖੁਦ ਨਾਲ ਧੋਖਾ ਕਰਦੇ ਹਾਂ। ਅਤੇ ਇਹਨਾਂ ਧੋਖਾਂ ਵਿੱਚ ਜੰਮ ਦਾ ਮਤਲਬ ਕੋਈ ਯਮਰਾਜ ਨਹੀਂ, ਇਸ ਸ਼ਬਦ ਤੋਂ ਇੱਥੇ ਭਾਵ ਮੌਤ ਔਰ ਡੈਥ ਤੋਂ ਹੈ ਕਿ ਜੇ ਅਸੀਂ ਇਸੇ ਤਰੀਕੇ ਨਾਲ ਇਸੀ ਸਪੀਡ ਨਾਲ ਇਹਨਾਂ ਚੀਜ਼ਾਂ ਨੂੰ ਕੰਜ਼ਿਊਮ ਕਰਦੇ ਰਹੇ ਤਾਂ ਅੰਤ ਸਿਰਫ ਡੈਥ ਹੀ ਹੋਏਗੀ ਜਾਂ ਮੌਤ ਹੀ ਹੋਏਗੀ। ਅਤੇ ਆਪਣੇ ਟੌਪਿਕ ਦੇ ਅੰਤ ਦੇ ਵਿੱਚ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਤੱਕ ਕਿਸੇ ਵਿਅਕਤੀ ਦੇ ਵਿੱਚ ਗਿਆਨ ਅਤੇ ਸ਼ਰਧਾ ਦਾ ਸੁਮੇਲ ਨਹੀਂ ਹੁੰਦਾ, ਉਦੋਂ ਤੱਕ ਕੋਈ ਵੀ ਵਿਅਕਤੀ ਸੰਪੂਰਨ ਨਹੀਂ ਬਣ ਸਕਦਾ।